ਬਰਨਾਲਾ ਦੇ ਸਬ ਡਿਵੀਜ਼ਨ ਤਪਾ ਦੇ ਸੈਣਾ ਵਿੱਚ ਕਰੀਬ ਅੱਧੀ ਦਰਜਨ ਅਣਪਛਾਤੇ ਚੋਰਾਂ ਨੇ ਸਵੇਰੇ 5 ਵਜੇ ਦੇ ਕਰੀਬ ਇੱਕ NRI ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਬੰਦਕ ਬਣਾ ਕੇ ਲੁੱਟ ਨੂੰ ਅੰਜਾਮ ਦਿੱਤਾ। ਪਰਿਵਾਰ ਦੇ ਮਾਲਕ ਲਛਮਣ ਸਿੰਘ ਦੀ ਪਤਨੀ ਅਮਰਜੀਤ ਕੌਰ ਵੱਲੋਂ ਚੋਰਾਂ ਦਾ ਵਿਰੋਧ ਕੀਤਾ ਗਿਆ ਤਾਂ ਉਸਦਾ ਚੋਰਾਂ ਨੇ ਗਲਾ ਘੁੱਟ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਚੋਰ ਘਰੋਂ ਲੱਖਾਂ ਦਾ 23 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਮ੍ਰਿਤਕ ਔਰਤ ਦੀਆਂ 5 ਧੀਆਂ ਸਨ ਜੋ ਕੈਨੇਡਾ ਵਿੱਚ ਰਹਿ ਰਹੀਆਂ ਹਨ ਅਤੇ 1 ਮਹੀਨਾ ਪਹਿਲਾਂ ਹੀ ਪਰਿਵਾਰ ਸੈਣਾ ਪੁੱਜਾ ਸੀ। ਬਰਨਾਲਾ ਦੇ SSP ਸੰਦੀਪ ਕੁਮਾਰ ਮਲਿਕ ਸਮੇਤ ਪੁਲਿਸ ਪਾਰਟੀ ਵੱਲੋਂ ਵਿਸ਼ੇਸ਼ ਟੀਮਾਂ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਪੀੜਿਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਬੰਦੇ 5-6 ਜਣੇ ਸੀ। ਉਹ ਸੋਨਾ ਲੈ ਗਏ, ਉਹ ਕੜਾ ਲੈ ਕੇ ਮੇਰਾ ਲਾ ਕੇ 7 ਤੋਲੇ ਦਾ ਸੀਗਾ, ਬਾਕੀ ਮੈਨੂੰ ਘਰਦਿਆਂ ਦਾ ਪਤਾ ਨਹੀਂ ਹੋਊਗਾ ਵੀ 25 ਤੋਲੇ ਤੋਂ। ਕਿੰਨੇ ਕੁ ਵਜੇ ਦੀ ਘਟਨਾ ਜੀ? ਇਹ 5 ਵਜੇ ਜੀ। ਦੇਖੋ ਸਾਰਿਆਂ ਨੂੰ, ਕਾਕੇ ਨੂੰ 5:30 ਵਜੇ ਕੀਤਾ ਮੈਂ, ਜਦੋਂ ਉਹ ਭੱਜ ਗਏ ਉਹਨੂੰ ਨਾਲ ਦੀ ਨਾਲ ਲਾਇਆ ਮੈਂ। ਘਟਨਾ ਨੂੰ ਕਿੰਨਾ ਸਮਾਂ ਲੱਗਿਆ ਜੀ? ਸਰ ਸਾਰਾ 20-25 ਮਿੰਟ ਹੀ। ਬੰਨਿਆ ਮੈਨੂੰ, ਲੱਤਾਂ ਬਾਹਾਂ ਤਾਂ ਬੰਨ ਲਈਆਂ ਮੇਰੀਆਂ, ਮੂੰਹ 'ਤੇ ਵੀ ਦੇ। ਪਹਿਲਾਂ ਉੱਥੇ ਚੱਲ ਰਹੇ ਕਮਰੇ 'ਚ ਮੈਨੂੰ ਉਹਨਾਂ ਦੋਨਾਂ ਨੇ ਫੜ ਕੇ ਢਾ ਹੀ ਲਿਆ। ਉਹ ਕੜਾ ਉਹਨਾਂ ਦੇ ਹੱਥ 'ਚ ਆ ਗਿਆ, ਕੜਾ ਲਾਉਂਦੇ ਸੀਗੇ, ਆ ਸਾਰਾ ਛਿੱਲਿਆ ਗਿਆ। ਫਿਰ ਉਹ ਕੜਾ ਮੇਰਾ ਬੜਾ ਤੰਗ ਪਾਇਆ ਗਿਆ ਸੀ। ਫਿਰ ਮੈਨੂੰ ਉੱਥੇ ਕਹਿੰਦੇ ਰਹੇ ਵੀ ਤੇਰੇ ਕੋਲ ਕੈਸ਼ ਕਿੰਨਾ ਫੜਾ, ਪਿਸਟਲ ਆ ਸਾਡੇ ਕੋਲ, ਮਾਰ ਦਿਆਂ ਗੋਲੀ ਮਾਰਾਂਗੇ ਜੇ ਨਹੀਂ ਦਿੰਦਾ ਤਾਂ। ਮੈਂ ਵੀ ਮਾਰ ਹੀ ਦਿਓ ਗੋਲੀ, ਤੁਸੀਂ ਕੈਸ਼ ਹੈ ਨਹੀਂ ਮੇਰੇ ਕੋਲ, ਮੈਂ ਤਾਂ ਕਿੱਥੋਂ ਦੇਵਾਂ ਤੁਹਾਨੂੰ? ਆ ਲੈ ਤਾਂ ਗਏ, ਹੁਣ ਤੁਸੀਂ ਕੈਸ਼ ਹੀ ਆ, ਇਹ ਹੋਰ ਕੀ ਆ? ਮਾਤਾ ਦੀ ਮੌਤ ਤਾਂ ਹੁਣ ਮੈਨੂੰ ਤਾਂ ਕੋਈ ਪਤਾ ਨਹੀਂ, ਉਹਨਾਂ ਨੇ ਕਿਵੇਂ ਮੂੰਹ ਬੰਨਿਆ, ਸਾਹ ਘੁੱਟ ਕੇ ਹੋਈ ਆ ਜਾਂ ਕਿਵੇਂ ਹੋਈ ਆ। ਉਹਦਾ ਮੈਂ ਤਾਂ ਜਦੋਂ ਫਲੈਟ ਉਹ ਪਈ ਸੀਗੀ, ਜਦੋਂ ਭੱਜ ਗਿਆ ਖੋਲ ਖਾਲ ਕੇ ਆਪਦੇ ਆਪ ਨੂੰ ਆਇਆ, ਉਦੋਂ ਦੇਖਿਆ ਮੈਂ ਤਾਂ ਭੱਜ ਕੇ ਇਹਦੇ ਬੰਨੀ ਗਿਆ, ਪਾਣੀ ਪੂਣੀ ਪਾਇਆ ਮੂੰਹ 'ਚ, ਦੇਖਿਆ ਦੁੱਖਿਆ, ਝੱਸਿਆ ਝੁੱਸੀਆਂ ਦੀਆਂ। ਫਿਰ ਮੈਂ ਫਟਾਫਟ ਦੇਵ ਉਹਨਾਂ ਨੂੰ ਫੋਨ ਕੀਤਾ ਵੀ ਡਾਕਟਰ, ਹਾਂ ਡਾਕਟਰ ਲੈ ਕੇ, ਉਹ ਰੱਪਾ ਫਿਰ ਉਹਨਾਂ ਨੂੰ ਕੀਤਾ, ਉਹ ਡਾਕਟਰ ਲਿਆ ਦੇ ਫਿਰ ਫਟਾਫਟ। ਮੇਰਾ ਨਾਮ ਜੀ ਬੱਬੂ ਪਨੇਰ, ਭਾਰਤੀ ਕਿਸਾਨ ਜੁਨੀਅਨ ਚੜੂਨੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ। ਅੱਛਾ, ਜਿਹੜੀ ਇਹ ਘਟਨਾ ਹੋਈ, ਕੀ ਘਟਨਾਕ੍ਰਮ ਹੋਇਆ ਜੀ, ਦੱਸੋ ਜੀ। ਘਟਨਾ ਤਾਂ ਜੀ ਹੁਣ ਕਤਲ ਵੀ ਹੋ ਗਿਆ ਜੀ। ਬੇਬੇ ਸੀਗੇ ਸਾਡੇ 82-83 ਸਾਲ ਦੀ ਉਮਰ, ਅਤੇ ਬਾਬਾ ਜੀ, ਇਹ ਦੋਨੇ ਆਏ ਨੇ ਆਪਣੇ ਪਿਛਲੇ ਦਿਨੀ ਕੈਨੇਡਾ ਤੋਂ, ਆਏ ਵਾਰੀ ਆਉਂਦੇ ਆ 6 ਮਹੀਨੇ, ਇੱਧਰ 4 ਮਹੀਨੇ ਲਾ ਕੇ ਜਾਂਦੇ ਆ ਅਤੇ ਉੱਧਰ। ਸਵੇਰੇ ਮੈਨੂੰ ਕਾਲ ਜਾਂਦੀ ਆ ਮੇਰੇ ਚਾਚਾ ਕਾਕੇ ਪਨੇਰ ਦੀ, ਉਹ ਕਿਉਂਕਿ ਉਹਨਾਂ ਨਾਲ ਕਾਫੀ ਇਹਨਾਂ ਦਾ ਹੈਗਾ ਗਾ, ਉਹ ਵੀ 6 ਵਜੇ 6 ਤੋਂ ਉੱਪਰ ਉਹ ਉਸ ਟਾਈਮ ਮਾੜਾ ਮੋਟਾ ਵੀ ਐਂ ਕਰਕੇ ਆਹ ਗੱਲਬਾਤ ਹੋ ਗਈ। ਜਦੋਂ ਅਸੀਂ ਆਏ ਦੇਖਿਓ, ਉਦੋਂ ਬੇਬੇ ਦੀ ਰਸੋਈ ਦੇ ਵਿੱਚ ਡੈਥ ਹੋਈ ਪਈ ਸੀ, ਅਤੇ ਬਾਪੂ ਆ ਜਿਹੜਾ ਉਹ ਵਿਚਾਰਾ ਉਵੇਂ ਬੌਂਦ ਲਿਆ ਜਾ ਜਿਵੇਂ ਉਹਦਾ ਤੁਰਿਆ ਸੀ, ਅਤੇ ਘਰ ਦੀ ਸਾਰੀ ਫਰੋਲਾ ਫਰਾਲੀ ਹੋਈ ਵੀ ਸੀ। ਉਦੋਂ 2-4 ਜਣੇ ਅਸੀਂ ਇਕੱਠੇ ਹੋਏ, ਚਲੋ ਬੇਬੇ ਨੂੰ ਸਾਂਭਿਆ ਅਤੇ ਉਹ ਕੀਤਾ। ਬਸ ਹੁਣ ਚੋਰੀ ਦੀ ਵਾਰਦਾਤ ਵੀ ਹੋਈ ਅਤੇ ਕਤਲ ਵੀ, ਦੋਨੇ ਚੀਜ਼ਾਂ ਹੀ ਹੋ ਗਈਆਂ ਬਾਈ ਜੀ। ਲੈ ਕੇ ਤਾਂ ਜੀ ਸੋਨਾ, ਹੁਣ ਦੇ ਹਿਸਾਬ ਨਾਲ ਦੱਸਿਆ ਬੇਬੇ ਨੇ ਵੀ ਜਿੰਨਾ ਸੋਨਾ ਸੀ ਮਾਸਟਰ ਤਾਇਆ ਜੀ ਦਾ ਜਿਹੜਾ ਸੀਗਾ, ਉਹ ਲੈ ਗਏ ਕੜਾ, ਅਤੇ ਫਰੋਲਾ ਫਰਾਲੀ ਹੋਈ ਵੀ ਆ ਵੀ ਛੱਡਿਆ ਕੁਛ ਵੀ ਨਹੀਂ। ਅਤੇ ਸਭ ਤੋਂ ਵੱਡੀ ਗੱਲ ਤਾਂ ਬਾਈ, ਜਿਹੜਾ ਕਾਤਲ ਇਹ ਬੇਬੇ ਦਾ ਹੋਇਆ, ਇਹਦਾ ਬਹੁਤ ਵੱਡਾ ਦੁੱਖ ਆ ਵੀ ਜਿਹੜੇ ਹਾਲਾਤ ਆ ਦਿਨੋ ਦਿਨ ਸਾਡੇ NRI ਜਿਨ੍ਹਾਂ ਨੇ ਆਉਣਾ ਸੀ ਹੁਣ, ਉਹ ਵੀ ਅੱਜ ਇਸ ਚਿੰਤਾ ਦੇ ਵਿੱਚ ਨੇ। ਇਹ ਨਿਕਲਣਾ ਚਾਹੀਦਾ, ਬਹੁਤ ਸਾਡੇ ਲਈ ਇੱਥੋਂ ਸਮਾਜ ਲਈ ਮੰਦਭਾਗੀ ਘਟਨਾ ਹੋਈ ਹੈ, ਇਹ ਬਹੁਤ ਵੱਡਾ ਦੁੱਖ ਹੈ ਇਹ ਚੀਜ਼ ਦਾ। ਥਾਣੇ ਦਾ ਏਰੀਆ ਪੈਂਦਾ ਸੈਣੇ ਦੇ ਵਿੱਚ। ਅੱਜ ਸਵੇਰੇ ਨੀਅਰ ਅਬਾਊਟ 5:30 ਵਜੇ ਸੀ, ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ 5 ਤੋਂ 5:15 ਦੇ ਵਿੱਚ ਇੱਥੇ ਇੱਕ ਵਾਰਦਾਤ ਹੋਈ ਹੈ, ਜਿਹਦੇ ਵਿੱਚ ਕਿ ਲਛਮਣ ਸਿੰਘ ਜੀ ਅਤੇ ਉਹਨਾਂ ਦੀ ਵਾਈਫ ਅਮਰਜੀਤ ਕੌਰ ਇੱਥੇ ਰਹਿੰਦੇ ਨੇ, ਜੋ ਬਾਹਰੋਂ ਆਏ ਨੇ, ਅਰਾਊਂਡ 1 ਮੰਥ ਅਗੋ ਦੇ ਕੇਮ ਹੈਰ, ਅਤੇ ਉਹ ਦੋਨੋਂ ਹੀ ਇੱਥੇ ਇਕੱਲੇ ਰਹਿੰਦੇ ਨੇ, ਸੀਨੀਅਰ ਸਿਟੀਜ਼ਨ ਸੀਗੇ। ਅਤੇ ਅੱਜ ਸਵੇਰੇ ਕੋਈ 4-5 ਮੁੰਡੇ ਇੱਥੇ ਆਏ ਆ, ਜਦੋਂ ਇਹ ਸਵੇਰੇ ਉੱਠੇ ਦਰਵਾਜ਼ਾ ਬੂਹਾ ਇਹਨਾਂ ਨੇ ਖੋਲ੍ਹਿਆ ਅਤੇ ਅੰਦਰ ਵੜ ਗਏ, ਵੜ ਕੇ ਉਹਨਾਂ ਨੇ ਦੋਨਾਂ ਨੂੰ ਬੰਨ ਲਿਆ ਅਤੇ ਕੁਛ ਲੁੱਟ ਖੋਹ ਕਰਕੇ ਲੈ ਗਏ ਇੱਥੋਂ। ਕਿਸ ਤਰ੍ਹਾਂ ਲੱਗਦਾ ਜੀ ਕਤਲ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਜੀ? ਜੀ ਉਹ ਲੁੱਟਖੋਹ ਦੀ ਕਰਨ ਵਾਸਤੇ ਹੀ ਆਏ ਸੀਗੇ ਇੱਥੇ, ਬਟ ਦੌਰਾਨੇ ਕਿਉਂਕਿ ਜੋ ਪ੍ਰਾਈਮ ਐਫਐਸਆਈ ਸਾਨੂੰ ਲੱਗਦਾ ਕੋਈ ਓਪਨ ਇੰਜਰੀਜ਼ ਵਗੈਰਾ ਬਾਡੀ 'ਤੇ ਸਾਨੂੰ ਨਜ਼ਰ ਨਹੀਂ ਆਏ, ਬਾਕੀ ਪੋਸਟਮਾਰਟਮ ਦੇ ਵਿੱਚ ਸਾਨੂੰ ਹੋਰ ਕਲੀਅਰ ਹੋ ਜਾਏਗਾ। ਅਤੇ ਇਸੀ ਇੰਟੈਂਸ਼ਨ ਦੇ ਨਾਲ ਆਏ ਸੀ। ਕੀ ਲਟੇਰੇ ਪਹਿਲਾਂ ਹੀ ਇੱਥੇ ਘਰ ਦੇ ਵਿੱਚ ਪਹਿਲਾਂ ਦਾਖਲ ਹੋ ਚੁੱਕੇ ਸੀ? ਹੋ ਸਕਦਾ ਜੀ, ਕਿਉਂਕਿ ਪਿੱਛੇ ਇਹ ਕਾਫੀ ਇਹਨਾਂ ਦਾ ਏਰੀਆ ਖੁੱਲ੍ਹਾ ਹੈ, ਅਤੇ ਸਾਨੂੰ ਲੱਗਦਾ ਹੈ ਕਿ ਦੇ ਮਸਟ ਬੀ ਵੇਟਿੰਗ ਕਿ ਸਵੇਰੇ ਜਦੋਂ ਬੂਹਾ ਖੁੱਲੂਗਾ ਦੈਨ ਦੇ ਲੈਂਟਰ। ਬਰਨਾਲਾ ਤੋਂ ਹਰਪ੍ਰੀਤ ਛੰਨਾ ਦੀ ਰਿਪੋਰਟ।
We are a multicultural network community. We groom competent global citizens to effect positive change around them.